ਪਿੰਡ ਰਾਮਖਰਾ ਤੋਂ ਜਗਵੀਰ ਸਿੰਘ, ਪੰਚਾਂ ਪਿੰਡ ਰਾਮਖਰਾ ਤੋਂ ਮੈਨੂੰ ਮੈਂਬਰਾਂ ਸਾਹਿਬਾਂ ਬਹੁਤ ਸੰਮਤੀ ਨਾਲ ਬੁਲਾਇਆ। ਮੈਂ ਪਿੰਡ ਦਾ ਵਿਕਾਸ ਕਰਾਵਾਂਗਾ। ਸਿੱਖਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਮੁੰਡਰ ਸਰਪੰਚ ਬਹੁਤ ਸੰਮਤੀ ਨਾਲ ਸੁਣਿਆ। ਬਹੁਤ ਹੀ ਮਾਣਯੋਗ ਦੀ ਗੱਲ ਹੈ, ਸਾਨੂੰ ਬਹੁਤ ਸਹਿਯੋਗ ਦਿੱਤਾ ਹੈ, ਸਾਨੂੰ ਕੰਮ ਕਰਨ ਦਾ ਮੌਕਾ, ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਅਸੀਂ ਪਿੰਡ ਦੀ ਅੱਗੇ ਤੋਂ ਸੇਵਾ ਕਰਨੀ ਚਾਹੁੰਦੇ ਹਾਂ, ਸੇਵਾ ਕਰਾਂਗੇ। ਮੈਂ ਜੋਧਾ ਪਿੰਡ ਬੋਲਦਾ ਹਾਂ ਅਤੇ ਮੈਂ ਨੌਜਵਾਨਾਂ ਨੂੰ ਇਹੋ ਬੇਨਤੀ ਕਰਦਾ ਹਾਂ ਨਸ਼ਿਆਂ ਤੋਂ ਦੂਰ ਹੋ। ਅਸੀਂ ਜਦੋਂ ਸਰਪੰਚ ਦਾ ਪੰਚ ਬਣੇ ਹਾਂ, ਅਸੀਂ ਵਿਸ਼ਵਾਸ ਲੋਕਾਂ ਨੂੰ ਦਵਾਇਆ ਸੀ ਜਿੰਨੀ ਯੋਗੇ ਹੋਵਾਂਗੇ ਪਿੰਡ ਦਾ ਵਿਕਾਸ ਕਰਾਂਗੇ। ਜੋ ਵੀ ਪੈਸਾ ਆਊਗਾ ਸਰਕਾਰ ਦੇ ਖਾਤੇ 'ਚੋਂ ਉਹ ਅਸੀਂ ਆਪਣੇ ਮਾਣ ਇਮਾਨਦਾਰੀ ਨਾਲ ਪਿੰਡ 'ਤੇ ਲਾਵਾਂਗੇ ਅਤੇ ਵਿਕਾਸ ਕਰਾਂਗੇ। ਅਸੀਂ ਸਰਕਾਰ ਤੋਂ ਕੰਮ ਲਈ ਗਲੀਆਂ ਅਤੇ ਨਾਲੀਆਂ ਦਾ ਬੁਰਾ ਹਾਲ ਆ ਅਤੇ ਨਾਲ ਹੀ ਛੱਪੜ ਜੋ ਆ ਪਾਣੀ ਨਾਲ ਭਰਿਆ ਪਿਆ ਹੈ, ਉਹਦਾ ਕੋਈ ਅਜੇ ਤਾਈਂ ਵਿਕਾਸ ਨਹੀਂ ਹੋਇਆ। ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਜੋ ਕਿ ਸਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਉਹ ਵੱਧ ਤੋਂ ਵੱਧ ਸਾਫ਼ ਸੁਥਰੀਆਂ ਹੋਣ, ਜੋ ਛੱਪੜ ਉਹ ਵੀ ਸਾਫ਼ ਕੀਤਾ ਜਾਵੇ, ਜੋ ਗਰੀਬਾਂ ਨੂੰ ਸਹੂਲਤਾਂ ਉਹ ਸਾਰੀਆਂ ਮਿਲ ਸਕਣ। ਨਸ਼ਿਆਂ ਤੋਂ ਰਹਿਤ ਤੋਂ ਦੂਰ ਰਹਿਣ ਔਰ ਇਹ ਧੰਨਵਾਦ ਕਰਦਾ ਹਾਂ ਕਿ ਖੇਡਾਂ ਗੇਮਾਂ ਵਿੱਚ ਪੈ ਕੇ ਆਪਣੀ ਸਹੀ ਜਗ੍ਹਾ 'ਤੇ ਇਸਤੇਮਾਲ ਕਰਨ।